ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਪਰਫਾਰਮੈਂਸ ਇੰਡੈਕਸ 2019-2022 ਵਿੱਚ ਪੰਜਾਬ ਪਹਿਲੇ ਨੰਬਰ ਤੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਵਿੱਚ ਕਾਂਗਰਸ ਸੱਤਾ ਵਿੱਚ ਆਈ ਹੈ, ਸਿੰਗਲਾ ਕਹਿ ਰਹੇ ਨੇ ਕਿ ਸਰਕਾਰ ਦਾ ਫੋਕਸ ਸਿੱਖਿਆ ਤੇ ਹੈ। ਵਿਜੇਂਦਰ ਸਿੰਗਲਾ ਨੇ ਕਿਹਾ ਕਿ ਆਨਲਾਈਨ ਅਧਿਆਪਕਾਂ ਦੀ ਤਬਾਦਲਾ ਨੀਤੀ, ਪ੍ਰਬੰਧਨ ਪੱਧਰ ਦੀਆਂ ਅਸਾਮੀਆਂ ਦੀ PPSC ਰਾਹੀਂ ਸਿੱਧੀ ਭਰਤੀ ਕੀਤੀ ਜਾ ਰਹੀ ਹੈ। ਖਾਸ ਗੱਲਬਾਤ ਨੀਤੀ ਕਮਿਸ਼ਨਰੀ ਸਾਡੇ ਸਹਿਯੋਗੀ ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਂਦਰ ਸਿੰਗਲਾ ਨਾਲ ਕੀਤੀ ਹੈ। ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਜਿਹੜਾ ਉਹ ਜਾਰੀ ਕੀਤਾ ਗਿਆ, ਉਹਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਆਇਆ। ਸਭ ਤੋਂ ਪਹਿਲਾਂ ਤੁਹਾਨੂੰ ਫਿਗਰਸ ਜਿਹੜੇ ਆ ਜ਼ਰੂਰ ਦਿਖਾ ਦਿੰਦੇ ਹਾਂ, ਕਿਉਂਕਿ ਕਾਫੀ ਜ਼ਿਆਦਾ ਇੰਪੋਰਟੈਂਟ ਨੇ। ਪਹਿਲੇ ਨੰਬਰ ਤੇ ਪੰਜਾਬ, ਦੂਜੇ ਨੰਬਰ ਤੇ ਚੰਡੀਗੜ੍ਹ ਹੈ। ਤੇ ਇਸਦੇ ਨਾਲ ਹੀ ਹਮੇਸ਼ਾ ਕਿਹਾ ਜਾਂਦਾ ਹੈ ਕਿ ਤਾਮਿਲਨਾਡੂ, ਕੇਰਲਾ, ਦਿੱਲੀ ਦੀ ਐਜੂਕੇਸ਼ਨ ਜਿਹੜੀ ਹੈ ਜ਼ਿਆਦਾ ਵਧੀਆ, ਪਰ ਜਿਹੜਾ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਹੈ ਉਹ ਕਹਿ ਰਿਹਾ ਕਿ ਪੰਜਾਬ ਪਹਿਲੇ ਨੰਬਰ ਤੇ ਹੈ। ਸਾਡੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਨੇ ਵਿਜੇਂਦਰ ਸਿੰਗਲਾ, ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰ ਕਿਹੜੇ ਕਿਹੜੇ ਪੱਧਰ ਤੇ ਜਿਹੜਾ ਹੈ ਇਸ ਨੂੰ ਮਾਪਿਆ ਜਾਂਦਾ ਹੈ, ਤੇ ਨਾਲ ਹੀ ਕਿਸ ਤਰ੍ਹਾਂ ਦੇਖਦੇ ਹੋ ਇਸ ਇੰਡੈਕਸ ਨੂੰ, ਜਿਹੜੇ ਡਾਟਾ ਜਿਹੜਾ ਹੈ ਜਾਰੀ ਕੀਤਾ ਗਿਆ, ਕਿਉਂਕਿ ਦਿੱਲੀ ਤੇ ਹੋਰ ਥਾਵਾਂ ਨੂੰ ਹਮੇਸ਼ਾ ਮੋਹਰੇ ਦੇਖਿਆ ਜਾਂਦਾ, ਪਰ ਇਸ ਵਾਰ ਪੰਜਾਬ ਮੋਹਰੇ। ਦੇਖੋ, ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਤੋਂ 2017 'ਚ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਇਸ ਪੰਜਾਬ ਵਿੱਚ ਆਈ, ਪਹਿਲੇ ਦਿਨ ਤੋਂ ਫੋਕਸ ਐਜੂਕੇਸ਼ਨ ਦੇ ਉੱਪਰ ਰੱਖਿਆ। ਔਰ ਜੇ ਸ਼ੁਰੂਆਤ ਹੋਈ ਤਾਂ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਸਰਕਾਰੀ ਸਕੂਲਾਂ 'ਚ ਚਾਲੂ ਹੋ ਸਕੇ ਉਹ ਬੱਚਿਆਂ ਵਾਸਤੇ ਜਿਹੜੇ ਬੱਚੇ 3 ਸਾਲ ਤੋਂ ਲੈ ਕੇ 6 ਸਾਲ ਦੀ ਉਮਰ ਦੇ ਵਿੱਚ ਹੁੰਦੇ ਹੈ। ਤਾਂ ਕਿ ਕਈ ਵਾਰ ਕੀ ਹੁੰਦਾ ਸੀ ਕਿ ਬੱਚੇ ਪ੍ਰਾਇਮਰੀ ਐਜੂਕੇਸ਼ਨ ਲੈਣ ਵਾਸਤੇ ਪ੍ਰਾਈਵੇਟ ਸਕੂਲਾਂ 'ਚ ਚਲੇ ਜਾਂਦੇ ਸੀ, ਫਿਰ ਸਾਰੀ ਉਮਰ ਵਾਪਸ ਹੀ ਨਹੀਂ ਆ ਪਾਉਂਦੇ ਸੀ। ਔਰ ਉਸ ਦਿਨ ਤੋਂ ਲਗਾਤਾਰ ਐਜੂਕੇਸ਼ਨ ਸੈਕਟਰ ਦੇ ਉੱਪਰ ਫੋਕਸ ਰੱਖਿਆ, ਚਾਹੇ ਸਮਾਰਟ ਸਕੂਲ ਪਾਲਿਸੀ ਲੈ ਕੇ ਆਏ, ਸਮਾਰਟ ਸਕੂਲ ਪਾਲਿਸੀ ਦੇ ਤਹਿਤ ਇਨਫਰਾਸਟ੍ਰਕਚਰ ਅਪਗ੍ਰੇਡੇਸ਼ਨ ਦੀ ਗੱਲ ਆਈ ਸਕੂਲਾਂ ਦੇ, ਟੀਚਰ ਟ੍ਰਾਂਸਫਰ ਪਾਲਿਸੀ ਅਸੀਂ ਲੈ ਕੇ ਆਏ ਤਾਂ ਕਿ ਟੀਚਰਸ ਦੀ ਪਰਫਾਰਮੈਂਸ ਦੀ ਮੈਰਿਟ ਦੇ ਆਧਾਰ 'ਤੇ ਟੀਚਰ ਦੀ ਬਦਲੀ ਹੋਵੇ। ਜਿਹੜੇ ਬਾਰਡਰ ਦੇ ਇਲਾਕਿਆਂ 'ਚ ਕਈ ਵਾਰੀ ਨਕਲ ਬਹੁਤ ਚੱਲਦੀ ਸੀ, ਅਸੀਂ ਉਸ ਨੂੰ ਵੀ ਕਾਬੂ ਪਾਇਆ। ਔਰ ਅੱਜ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲਗਾਤਾਰ ਪਿਛਲੇ 4 ਸਾਲ ਤੋਂ ਸਿੱਖਿਆ ਵਿਭਾਗ ਦੇ ਸਾਰੇ ਆਫਿਸਰ ਸਾਹਿਬਾਨ ਨੇ ਮਿਹਨਤ ਕੀਤੀ, ਸਰਕਾਰ ਦੀ ਅਗਾਂਹ ਵਧੂ ਜੋ ਸੋਚ ਸੀ ਇਹ ਸਿੱਖਿਆ ਨੂੰ ਲੈ ਕੇ, ਉਹ ਸਾਰੇ ਪੈਰਾਮੀਟਰਸ ਦੇ ਕਰਕੇ ਅੱਜ ਪੰਜਾਬ ਪਹਿਲੇ ਨੰਬਰ 'ਤੇ ਆਇਆ। ਔਰ ਸਾਡੀ ਹਰ ਪਾਲਿਸੀ ਨੂੰ ਲੋਕਾਂ ਨੇ ਐਪਰੀਸ਼ੀਏਟ ਕੀਤਾ, ਔਰ ਤਾਂ ਅੱਜ ਇਹ ਵਾਲਾ ਆਂਕੜਾ ਸਾਡੇ ਬਣ ਸਭ ਕੋਲ ਸਾਹਮਣੇ ਨਿਕਲ ਕੇ ਆਇਆ। ਪੈਰਾਮੀਟਰ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਇਹਦੇ ਵਿੱਚ ਕੁਆਲਿਟੀ ਐਜੂਕੇਸ਼ਨ ਵੀ ਇੰਕਲੂਡ ਕੀਤਾ ਗਿਆ ਹੈ, ਅਤੇ ਸਿਰਫ ਪ੍ਰਾਇਮਰੀ ਸਕੂਲ ਹੈ ਜਾਂ ਫਿਰ ਇਸ ਦੇ ਵਿੱਚ ਸੈਕੰਡਰੀ ਔਰ ਹਾਇਰ ਐਜੂਕੇਸ਼ਨ ਨੂੰ ਵੀ ਦੇਖਿਆ ਜਾ ਰਿਹਾ? ਦੇਖੋ, ਗੱਲ ਇਹ ਹੈ ਕਿ ਇਹ ਜਿਹੜੀ ਐਜੂਕੇਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਪ੍ਰੀ ਪ੍ਰਾਇਮਰੀ ਕਲਾਸਿਸ ਤੋਂ ਲੈ ਕੇ 12ਵੀਂ ਤੱਕ ਦੀ ਕਲਾਸਾਂ ਦੀ ਗੱਲ ਕਰਦੇ ਹਾਂ। ਸੋ ਜਿੱਥੇ ਵਿਚ ਇਜ਼ ਕਾਲਡ ਦ ਸਕੂਲ ਐਜੂਕੇਸ਼ਨ। ਅਤੇ ਇਸ ਤੋਂ ਮੈਂ ਇਹ ਵੀ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਪੈਰਾਮੀਟਰਸ ਹੈ, ਇਹ ਭਾਰਤ ਸਰਕਾਰ 70 ਤਰ੍ਹਾਂ ਦੇ ਪੈਰਾਮੀਟਰਸ ਨੂੰ ਦੇਖਦੀ ਹੈ, ਉਹਦੇ ਤਰ੍ਹਾਂ ਐਵੈਲੂਏਟ ਕਰਦੀ ਹੈ। ਤੋ ਇਹ ਨਹੀਂ ਹੈ ਕਿ ਕੋਈ ਭਾਰਤ ਸਰਕਾਰ ਵੀ ਇਹਨੂੰ ਕੋਈ ਇਨਫਰਿੰਜ ਕਰ ਸਕਦੀ ਹੈ ਜਾਂ ਇਹਦੇ ਵਿੱਚ ਕੋਈ ਪੈਰਾਮੀਟਰਸ ਨੂੰ ਉਹ ਕਰ ਸਕਦੀ ਹੈ, ਕਿਉਂਕਿ ਹਰ ਪੈਰਾਮੀਟਰ ਨੂੰ ਅੱਡ ਅੱਡ ਚੀਜ਼ ਦੇ ਨਾਲ ਪੈਮਾਨਾ ਕੀਤਾ ਜਾਂਦਾ ਹੈ, ਉਹਨੂੰ ਐਵੈਲੂਏਟ ਕੀਤਾ ਜਾਂਦਾ ਹੈ। ਸਾਬਕਾ ਸਿੱਖਿਆ ਮੰਤਰੀ ਦਲਜੀਤ ਚੀਮਾ ਜੀ ਕਹਿੰਦੇ ਨੇ ਭਾਵੇਂ ਅਸੀਂ ਇਹਦੇ ਵਿੱਚ ਟੌਪ ਕਰ ਲਿਆ, ਪਰ ਕੁਆਲਿਟੀ ਐਜੂਕੇਸ਼ਨ ਦੀ ਜੇ ਗੱਲ ਕੀਤੀ ਜਾਵੇ ਪੂਰੇ ਭਾਰਤ 'ਚ ਅਸੀਂ 27ਵੇਂ ਨੰਬਰ 'ਤੇ ਆਉਂਦੇ ਹਾਂ। ਦੇਖੋ, ਜਿਹੜੇ ਸਾਡੇ ਵਿਰੋਧੀ ਲੋਕ ਹੈ ਉਹਨਾਂ ਦੀ ਟਿੱਪਣੀ ਦੇ ਉੱਪਰ ਮੈਂ ਕਮੈਂਟ ਇਸ ਕਰਕੇ ਕਰਨਾ ਨਹੀਂ ਚਾਹੁੰਦਾ, ਬਿਕੋਜ਼ ਆਈ ਹੈਵ ਅ ਪੋਜ਼ਿਟਿਵ ਏਜੰਡਾ ਐਂਡ ਆਈ ਲੁੱਕ ਪੋਜ਼ਿਟਿਵ ਟੂ ਵਰਡਸ ਹਾਊ ਮਾਈ ਸਟੇਟ ਕੈਨ ਗਰੋ ਬੈਟਰ ਅੰਡਰ ਦ ਡਾਇਨਾਮਿਕ ਲੀਡਰਸ਼ਿਪ ਆਫ ਮਾਈ ਚੀਫ ਮਿਨਿਸਟਰ। ਐਂਡ ਅਗਰ ਅਸੀਂ ਗਰੋ ਕੀਤਾ, ਆਈ ਥਿੰਕ ਹੀ ਸ਼ੁੱਡ ਕਮ ਫੋਰਵਰਡ ਐਂਡ ਰਿਲੀਜ਼ ਦੀ ਡੇਟਾ ਬਿਟਵੀਨ 2007 to 2017। ਜੋ 10 ਸਾਲ ਉਹਨਾਂ ਨੇ ਰਾਜ ਕੀਤਾ ਉਸ ਵੇਲੇ ਸਿੱਖਿਆ ਵਿਭਾਗ ਦੇ ਕੀ ਆਂਕੜੇ ਸੀ, ਤਾਂ ਮੈਂ ਸਮਝਦਾ ਕਿ ਹੀ ਸ਼ੁੱਡ ਫੋਕਸ ਔਨ ਦੈਟ ਇਫ ਹੀ ਹੈਜ਼ ਟੂ ਐਕਚੁਲੀ ਕਮ ਔਨ ਡੇਟਾਸ। ਬਟ ਅਗਰ ਅਸੀਂ ਅੱਜ ਇਹ ਵਾਲੀ ਗੱਲ ਕਾਂਗਰਸ ਪਾਰਟੀ ਦੀ ਸਰਕਾਰ ਨੇ 2017 'ਚ ਨਹੀਂ ਆ ਕੇ ਕਹੀ, ਔਰ ਜਿਹੜਾ ਇਹ ਆਂਕੜਾ ਕੱਢਿਆ, ਅਗਰ ਅਸੀਂ ਅੱਜ ਪਰਫਾਰਮੈਂਸ ਇੰਡੈਕਸ ਦੀ ਗੱਲ ਕਰਦੇ ਹਾਂ ਤਾਂ ਇਹ ਇੰਡੈਕਸ ਕੋਈ ਪੰਜਾਬ ਸਰਕਾਰ ਨੇ ਨਹੀਂ ਬਣਾਇਆ, ਇਟ ਇਜ਼ ਬੀਂਗ ਐਵੈਲੂਏਟਡ ਆਲ ਓਵਰ ਦ ਕੰਟਰੀ। ਅਗਰ ਲੋਕਾਂ ਨੇ, ਮੋਦੀ ਸਾਹਿਬ ਦੀ ਸਰਕਾਰ ਨੇ, ਜਿਨ੍ਹਾਂ ਦੇ ਪਹਿਲਾਂ ਭਾਈਵਾਲ ਹੁੰਦੇ ਸੀ, ਇਹ ਉਹਨਾਂ ਦੇ ਭਾਈਵਾਲਾਂ ਦੀ ਸਰਕਾਰ ਦਾ ਗੁਜਰਾਤ ਮਾਡਲ ਹੁੰਦਾ ਸੀ, ਅੱਜ ਗੁਜਰਾਤ ਦੇ ਦਾ ਨੰਬਰ 8ਵੇਂ ਸਥਾਨ 'ਤੇ ਆਇਆ। ਔਰ ਇਸੇ ਤਰੀਕੇ ਨਾਲ ਦਿੱਲੀ ਵਿੱਚ ਕੇਜਰੀਵਾਲ ਸਾਹਿਬ ਦੀ ਸਰਕਾਰ ਹਰ ਰੋਜ਼ ਐਜੂਕੇਸ਼ਨ ਅਤੇ ਹੈਲਥ ਦੇ ਉੱਪਰ ਬਹੁਤ ਵੱਡਾ ਡਰਮ ਬੀਟ ਕਰਦੀ ਹੈ, ਅਤੇ ਆਪਾਂ ਸਾਰਿਆਂ ਨੇ ਹੈਲਥ ਸੈਕਟਰ ਦਾ ਦੇਖ ਲਿਆ ਆ ਕਰੋਨਾ ਵਿੱਚ ਦਿੱਲੀ 'ਚ ਕੀ ਹਾਲ ਹੋਇਆ। ਔਰ ਜਿਹੜੀ ਐਜੂਕੇਸ਼ਨ ਦੀ ਗੱਲ ਹੈ, ਅੱਜ ਦਿੱਲੀ 'ਚ ਭਾਵੇਂ ਅੱਜ ਦਿੱਲੀ ਪੰਜਾਬ 'ਚ 19,000 ਸਕੂਲ ਹੈ ਸਰਕਾਰੀ ਸਕੂਲ, ਅਤੇ ਦਿੱਲੀ 'ਚ 1,000 ਸਕੂਲ ਹੈ ਜਾਂ 1,200 ਸਕੂਲ ਹੈ ਦਿੱਲੀ 'ਚ, ਅਤੇ ਅਗਰ ਉਹਨਾਂ ਨੇ 1,200 ਸਕੂਲਾਂ ਨੂੰ ਅਪਗ੍ਰੇਡ ਕੀਤਾ ਅਤੇ ਅੱਜ ਉਹ 6ਵੇਂ ਨੰਬਰ ਦੇ ਉੱਪਰ ਆਪਣੇ ਆਪ ਨੂੰ ਐਜੂਕੇਸ਼ਨ ਲੈਵਲ ਦੇ ਉੱਪਰ ਆ ਰਹੇ ਹੈ ਔਨ ਦੀ ਪੈਰਾਮੀਟਰਸ ਵਿੱਚ ਹੈਵ ਬਿਨ ਜੱਜਡ ਬਾਏ ਦਾ ਗਵਰਨਮੈਂਟ ਆਫ ਇੰਡੀਆ। ਅਤੇ ਭਾਰਤ ਸਰਕਾਰ ਤਾਂ ਉੱਥੇ ਮੋਦੀ ਸਾਹਿਬ ਦੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ, ਅਤੇ ਜੇ ਉਹਨਾਂ ਨੇ 70 ਪੈਰਾਮੀਟਰਸ ਦੇ ਆਧਾਰ 'ਤੇ ਪੰਜਾਬ ਨੂੰ ਪਹਿਲੇ ਨੰਬਰ 'ਤੇ ਕੱਢਿਆ,
तां मैं समझदा चीमा साहब नूं इस गल तों समझना चाहिए कि अगर असी पिछले चार साल तो लगातार परफॉर्म कर रहे हैं, बच्चों के एनरोलमेंट इज़ द बिगेस्ट साइन ऑफ इंप्रूवमेंट इन एजुकेशन सेक्टर। कैमरामैन प्रमोद नेगी दे नाल लतिका महेश, प्रीसी मीडिया चंडीगढ़। तो मुख्य मंत्री पंजाब कैप्टन अमरिंदर सिंह ने सिख्या महकमे की इस उपलब्धि ते वधाइया दित्तियां ने। उन्होंने सिख्या मंत्री पंजाब विजय इंदर सिंगला ते सिख्या सकत्तर कृष्ण कुमार नूं फोन करके वधाई दित्ती। Good afternoon and many congratulations to you and your department for this excellent performance. I got the letter yesterday and it's wonderful, wonderful work. I mean, it's the first time that Punjab has come on top in education. No, it's you and Krishan, your secretary, who have done this, and it's really very creditable. I hope that this is going to continue and next, I mean, we are going to hit the top position every year. Well done. My congratulations. Please congratulate all your people. Hello, Krishan. Morning. My congratulations to you. Not me. You've done all the hard work and you've done a great job. But my Bahut Mubarak.